ਖਰਾਨਾ ਅੱਜ ਕਪਲ ਨੂੰ ਲੈ ਕੇ ਸੁਨੀਲ ਜਾਖੜ ਵੱਲੋਂ ਸਰਕਾਰ ਉੱਤੇ ਗੰਭੀਰ ਇਲਜ਼ਾਮ ਲਗਾ ਕੇ ਸਰਕਾਰ ਵਿਰੋਧ ਐਫ ਆਈ ਆਰ ਦਰਜ ਕਰਵਾਉਣ ਦੀ ਗੱਲ ਆਕੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਉਹ ਬਾਦਲ ਪਰਿਵਾਰ ਨੂੰ ਜੇਲ੍ਹ ਦੀ ਯਾਤਰਾ ਕਰਵਾਉਣਗੇ ਸੁਨੀਲ ਜਾਖੜ ਉਤੇ ਪਲਟਵਾਰ ਕਰਨ ਲਈ ਅੱਗੇ ਆਏ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਸਾ ਸਿੰਘ ਬਲਟੋਹਾ ਬਲਟੋਹਾ ਨੇ ਜਾਖੜ ਦੇ ਇਲਜ਼ਾਮਾਂ ਨੂੰ ਮੁੱਢ ਤੋਂ ਰੱਦ ਕਰਦਿਆਂ ਕਿਹਾ ਕਿ ਇਹ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਹੀ ਦੱਸਣਗੀਆਂ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਰਾਜਨੀਤੀ ਐਲੀਗੇਸ਼ਨ ਨਾਲ ਨਹੀਂ ਚੱਲਦੀ ਔਰ ਇੱਕ ਇੱਕ ਅਖਬਾਰ ਦੇ ਵਿੱਚ ਖਬਰ ਲੱਗਣ ਦੇ ਨਾਲ ਗੱਲ ਨਹੀਂ ਬਣ ਜਾਂਦੀ ਔਰ ਮੈਂ ਕੈਮਰੇ ਤੇ ਕਹਿ ਰਿਹਾ ਡਿਬੇਟ 'ਚ ਕਹਿ ਰਿਹਾ ਨਾ ਕਿਸੇ ਤਰ੍ਹਾਂ ਦਾ ਕੋਈ ਕੋਟਾਲਾ ਹੈ ਜਿਸ ਤੱਕ ਇਹ ਅਨਾਜ ਦੀ ਗੱਲ ਹੋਵੇ ਜਾਂ ਪੈਸਿਆਂ ਦੇ ਲੈਣ ਦੇਣ ਦੀ ਗੱਲ ਹੋਵੇ ਇਹ ਕੇਂਦਰ ਸਰਕਾਰ ਤੇ ਜਿਹੜੀ ਸਟੇਟ ਸਰਕਾਰਾਂ ਹੁੰਦੀਆਂ ਉਹਨਾਂ ਦੇ ਵਿੱਚ ਇਹ ਚੱਲਦਾ ਰਹਿੰਦਾ ਅਸੀਂ ਉਹਨਾਂ ਕੋਲੋਂ 13000 ਲੈਣਾ ਹੈ ਜੇ ਅਸੀਂ ਉਹਨਾਂ ਤੋਂ ਕੋਈ ਦੇਣ ਦੇ ਰਹੇ ਹਾਂ ਉਹ ਸਾਡੇ ਕੋਲ ਮੰਗ ਰਾਇਆ ਹੈ ਉਹ ਸਾਡਾ ਹਸਾਬ ਤਾ ਚੱਲ ਰਿਹਾ ਹੈ ਉਹਨਾਂ ਨੇ ਪਿਛਲੇ 2-4 ਦਿਨ ਪਹਿਲਾਂ ਸਾਨੂੰ 500 ਕਰੋੜ ਦੇਤਾ ਅਸੀਂ ਉਹਨਾਂ ਨੂੰ 500 ਕਰੋੜ ਵਾਪਸ ਕਰ ਦਿੱਤਾ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜਾਖੜ ਸਾਹਿਬ ਤੁਸੀਂ ਨਿਸ਼ਚਿੰਤ ਰਹੋ ਨਾ ਤੁਸੀਂ ਤੇ ਇਹ ਸੋਚੋ ਭੀ 2017 ਤੋਂ ਬਾਅਦ ਕਿਹੜੀ ਤੀਰਥ ਯਾਤਰਾ ਤੇ ਜਾਣਾ ਜੇ ਉਸੇ ਵਾਸਤੇ ਤੁਹਾਨੂੰ ਉਸੇ ਟ੍ਰੇਨ ਤੇ ਅਸੀਂ ਚੜਾ ਦਾਂਗੇ ਜਿਹੜੀ ਤੀਰਥ ਯਾਤਰਾ ਤੇ ਤੁਸੀਂ ਗੱਲ ਕਰਦੇ ਜੇ ਇਹ ਤੀਰਥ ਯਾਤਰਾ ਸਪ੍ਰਕਾਸ਼ ਸਿੰਘ ਬਾਦਲੇ ਨੇ ਇਸੇ ਕਰਕੇ ਚਲਾਈ ਹੈ ਕਿ ਤੁਹਾਡੇ ਵਰਗਿਆਂ ਨੂੰ ਤੀਰਥ ਯਾਤਰਾ ਕਰਾਉਣ ਵਾਸਤੇ ਕਿਉਂਕਿ 2017 'ਚ ਤੁਸੀਂ ਵਿਲੇ ਹੋ ਜਾਣਾ